सतगुरु सूर में कभी सतगुरु सूर में कभी सतगुरु सूर में सतगुर सूर में सिर ऊपर ठाडा गुर सूरा जिसके सिर ऊपर तू स्वामी जिसके सिर ऊपर तू स्वामी सो दुख कैसा पावे सिर ऊपर ठाडा गुरसूरा नानक ताके काज पूरा सिर ऊपर बिखमो बिखम अखाड़ा बिखमो बिखम अखाड़ा मैं गुरु मिल जीता राम सतगुर सूर में सिर ऊपर ठाडा गुर सूरा बिखमो बिखम अखाड़ा मैं गुर मिल जीता राम कभी सतगुर सूर में बहया बाण जो एक लागत ही पोहे गिर पया कबीर जी दा अज दा श्लोक जीवन दे रस्ते दी सफलता दा बड़ा वड्डा राज खोलदा है जिंदे तो असी सदियां तो अनजान हां पढ़ रहे हैं सुन रहे हैं समझ नहीं रहे हुण इस श्लोक दियां दो लाइनां विच कुछ सवाल ने ते सवाल समझन लई हुंदे ने सवाल बुझन लई हुंदे ने सवाल जानन लई ही हुंदे ने पहला लफज है सतगुर सूरमा जानना होगा गुरु किस रूप विच सूरमा है सूरमा कहते हैं योद्धे बलवान दुश्मन दी वंगार सामने रख के उन्दे लई तत्पर होने वाला उस चैलेंज नु कबूलन वाला सूरमा उसे नु आखदे तां फिर असी जानना है इन दे विच्चों के सतगुरु सूरमा किवें है दूजा है जे सूरमा है शस्त्रधारी है
ਜਿਹੜਾ ਸ਼ਸਤਰਧਾਰੀ ਨਹੀਂ ਉਹ ਸੂਰਮਾ ਕਿਵੇਂ ਹੋਇਆ? ਗੁਰੂ ਵੀ ਸ਼ਸਤਰਧਾਰੀ, ਉਹਦੇ ਕੋਲ ਬਾਣ ਨੇ, ਤੀਰ ਨੇ, ਨੇਜੇ ਨੇ, ਸਿਰਲੇ ਨੇ। ਤਾਂ ਫਿਰ ਇਹ ਵੀ ਜਾਣਨਾ ਹੋਵੇਗਾ ਉਹ ਨੇਜੇ ਕਿਹੜੇ ਨੇ। ਕੁਝ ਸਵਾਲ ਨੇ ਜਿਹੜੇ ਸਮਝਣ ਤੋਂ ਬਿਨਾਂ ਅਸੀਂ ਆਪਣੇ ਜੀਵਨ ਨੂੰ ਅਧੂਰਾ ਮਹਿਸੂਸ ਕਰਦੇ ਹਾਂ। ਗੁਰੂ ਸੂਰਮਾ ਕਿਵੇਂ ਹੈ, ਉਹਦੇ ਕੋਲ ਸ਼ਸਤਰ ਕਿਹੜੇ ਨੇ? ਤੇ ਫਿਰ ਸੂਰਮਾ ਤੇ ਸ਼ਸਤਰ ਦੋਨੋਂ ਹੋਣ, ਉਹਦਾ ਦੁਸ਼ਮਣੀ ਕੋਈ ਨਾ ਹੋਵੇ, ਫਿਰ ਵੀ ਸੂਰਮੇ ਦਾ ਕੀ ਫਾਇਦਾ? ਫਿਰ ਕਿਹਨੂੰ ਮਾਰੇਗਾ, ਕਿਹਨੂੰ ਚੈਲੰਜ ਕਰੇਗਾ? ਇਸ ਲਈ ਕੋਈ ਦੁਸ਼ਮਣ ਵੀ ਚਾਹੀਦਾ। ਹੁਣ ਗੁਰੂ ਹੈ ਬਾਣੀ, ਸਿਧਾਂਤ, ਸ਼ਬਦ, ਸਿਧਾਂਤ, ਉਹਦੇ ਕੋਲ ਸ਼ਸਤਰ ਨੇ ਸ਼ਬਦ ਦੇ, ਤੇ ਉਹਦੇ ਸਿਰ 'ਤੇ ਕੋਈ ਦੁਸ਼ਮਣ ਵੀ ਹੈ ਜਿਹਨੂੰ ਉਹ ਸ਼ਸਤਰਾਂ ਨਾਲ ਕਾਤ ਕਰਦਾ। ਲੋ, ਇਹ ਤਿੰਨ ਚੀਜ਼ਾਂ ਇਸ ਸਲੋਕ ਵਿੱਚ ਬੜੀਆਂ ਕਲੀਅਰ ਹੁੰਦੀਆਂ ਨੇ। ਦੁਸ਼ਮਣ ਦਾ ਪਹਿਲਾਂ ਹੋਣਾ ਜ਼ਰੂਰੀ ਹੈ, ਨਹੀਂ ਤਾਂ ਸੂਰਮੇ ਦਾ ਅਤੇ ਸ਼ਸਤਰਾਂ ਦਾ ਦੋਨੋਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ ਜਿਸ ਦਾ ਦੁਸ਼ਮਣ ਕੋਈ ਨਹੀਂ। ਇੱਕ ਖਿਆਲ ਕਰਿਓ, ਸਾਡਾ ਇਤਿਹਾਸ ਜੰਗਾਂ ਯੁੱਧਾਂ ਨਾਲ ਭਰਿਆ ਪਿਆ। ਅਸੀਂ ਆਪਣੇ ਇਤਿਹਾਸ ਦਾ ਬਹੁਤਾਤ ਹਿੱਸਾ ਜੰਗਾਂ ਯੁੱਧਾਂ ਵਿੱਚ ਅਤੇ ਸੂਰਬੀਰਤਾ ਨਾਲ ਭਰਪੂਰ ਕੀਤਾ ਹੈ, ਬੜੇ ਬੜੇ ਦਾਅਵੇ ਕੀਤੇ ਨੇ ਇਤਿਹਾਸ ਦੇ ਪੰਨਿਆਂ 'ਤੇ। ਵੱਡੇ ਘੱਲੂਘਾਰੇ, ਛੋਟੇ ਘੱਲੂਘਾਰਿਆਂ ਦਾ ਜ਼ਿਕਰ ਕੀਤਾ ਹੈ, ਔਰ ਬਹੁਤਾਤ ਜੰਗਾਂ ਵਿੱਚ ਆਪਣੀ ਜਿੱਤ ਦਾ ਵੀ ਦਾਅਵਾ ਕੀਤਾ ਹੈ। ਇਤਿਹਾਸਕ ਪੱਖੋਂ ਅਸੀਂ ਕਮਜ਼ੋਰ ਨਹੀਂ ਪਏ, ਪਰ ਮੈਂ ਬਹੁਤ ਵਾਰ ਅੱਗੇ ਵੀ ਅਰਜ਼ ਕੀਤੀ ਵੀ ਇਤਿਹਾਸ ਸਰੀਰ ਸਿਰਜਦਾ, ਸਰੀਰ ਨਾਲ ਸੰਬੰਧਿਤ ਹੁੰਦਾ। ਅਤੇ ਜੇ ਗੁਰੂ ਸਰੀਰ ਨਹੀਂ, ਅਸੀਂ ਆਖਦੇ ਹਾਂ ਦੇਹਧਾਰੀ ਨਹੀਂ, ਤਾਂ ਫਿਰ ਇਤਿਹਾਸ ਦੇ ਨਾਲ ਨਾਲ ਸਾਨੂੰ ਦੂਜਾ ਪੱਖ ਵੀ ਦੇਖਣਾ ਪਏਗਾ। ਅਸੀਂ ਇਤਿਹਾਸ ਤਾਂ ਜੰਗਾਂ ਯੁੱਧਾਂ ਨਾਲ ਸਿਰਜ ਲਿਆ, ਉਹਦੇ ਵਿੱਚ ਜਿੱਤਾਂ ਵੀ ਸ਼ਾਮਿਲ ਕੀਤੀਆਂ, ਪਰ ਜਦੋਂ ਮੈਂ ਇਸ ਪੱਖੋਂ ਦੇਖਣਾ ਨਾ ਤੇ ਹੈਰਾਨ ਹੁੰਦੇ ਹਾਂ, ਜੀਵਨ ਦੀ ਜੰਗ ਅਸੀਂ ਹਾਰ ਗਏ। ਜੀਵਨ ਦੀ ਜੰਗ ਅਸੀਂ ਹਾਰ ਗਏ। ਗੁਰਬਾਣੀ ਸਾਡੇ ਸਾਹਮਣੇ ਕੁਝ ਸਵਾਲ ਰੱਖਦੀ ਹੈ। ਸਤਿਗੁਰੂ ਸੂਰਮਾ, ਉਹਦੇ ਕੋਲ ਬਾਣ ਨੇ, ਤੀਰ ਨੇ, ਨਿਰੇ ਤੀਰ ਨਹੀਂ ਮਜ਼ਾਇਲਾਂ ਵੀ ਨੇ। ਆਹ ਜਿਹੜਾ ਬਾਬਾ ਕਬੀਰ ਜੀ ਦਾ ਇੱਕ ਸ਼ਬਦ ਹੈ ਨਾ ਕਿ ਪ੍ਰੇਮ ਪਲੀਤਾ ਅੱਗੇ ਕੀ ਹੈ, ਸੁਰਤ ਹਵਾਈ, ਹਵਾਈ ਕੀ ਹੈ, ਮਜ਼ਾਇਲ, ਹਵਾ ਦੇ ਰਾਹੀਂ ਉੱਡ ਕੇ ਜਾ ਕੇ ਅਸਰ ਕਰਨ ਵਾਲੀ। ਸਦੀਆਂ ਪਹਿਲਾਂ ਲਫਜ਼ ਹਵਾਈ ਵਰਤਿਆ ਗਿਆ। ਸਤਿਗੁਰੂ ਨੇ ਆਖਿਆ, ਬਾਬਾ ਕਬੀਰ ਜੀ ਨੇ ਕਿਹਾ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਇਹ ਵੀ ਕੋਈ ਜੰਗ ਹੈ ਨਾ, ਇਹ ਵੀ ਕੋਈ ਯੁੱਧ। ਅਸੀਂ ਜ਼ਿੰਦਗੀ ਵਿੱਚ ਇਹ ਯੁੱਧ ਦਾ ਕਦੀ ਧਿਆਨ ਹੀ ਨਹੀਂ ਦਿੱਤਾ, ਅਸੀਂ ਕਦੀ ਇਸ ਯੁੱਧ ਦਾ ਆਪਣੇ ਨਾਲ ਕੋਈ ਸੰਬੰਧ ਹੀ ਨਹੀਂ ਜੋੜਿਆ। ਕਿਉਂ? ਕਿਤੇ ਜੀਵਨ ਦੀ ਬਾਜ਼ੀ, ਜੀਵਨ ਦਾ ਜੰਗ ਹਾਰ ਤੇ ਨਹੀਂ ਗਏ, ਇਸੇ ਲਈ ਹਾਰ ਗਏ।
ਹਾਰ ਗਏ। ਦੂਜੇ ਜੰਗ ਅਸੀਂ ਇਸ ਲਈ ਜਿੱਤੇ ਕਿਉਂਕਿ ਅਸੀਂ ਉੱਧਰ ਧਿਆਨ ਦਿੱਤਾ, ਅਸੀਂ ਗੁਰੂ ਦੀਆਂ ਉਹ ਗੱਲਾਂ ਸਰੀਰਕ ਨਾਲ ਸੰਬੰਧਿਤ ਜਿਹੜੀਆਂ ਸਨ, ਸਰੀਰ ਨੂੰ ਬਲਵਾਨ ਕਰਨ ਦੀਆਂ ਅਤੇ ਉਹਦੇ ਹੱਥ ਵਿੱਚ ਸ਼ਸਤਰਾਂ ਦੀਆਂ ਬੜੀਆਂ ਕੀਤੀਆਂ ਅਤੇ ਲਿਖੀਆਂ ਵੀ, ਬਲਕਿ ਅਸੀਂ ਇੱਥੋਂ ਤੱਕ ਉਹਨਾਂ ਸ਼ਸਤਰਾਂ 'ਤੇ ਪੁੱਜ ਗਏ ਕਿ ਕਿੱਥੇ ਕਿਸੇ ਅਣਜਾਣ ਕਵੀ ਦੀ ਲਿਖੀ ਹੋਈ ਕਵਿਤਾ ਦੇ ਦੋ ਲਾਈਨਾਂ ਅਸੀਂ ਆਪਣੇ ਜੀਵਨ ਦਾ ਹਿੱਸਾ ਬਣਾ ਲਈਆਂ। ਅਸ ਕਿਰਪਾਨ ਖੰਡੋ ਖੜਕ, ਪਤਾ ਨਹੀਂ ਕਿੰਨਾ ਲਿਖਿਆ ਹੋਇਆ, ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ, ਸੈਫ ਸਰੋਹੀ ਸਾਹਿਤੀ ਯਹੀ ਹਮਾਰੇ ਪੀਰ। ਅਸੀਂ ਉਹਨਾਂ ਨੂੰ ਪੀਰ ਬਣਾ ਲਿਆ, ਪੂਜਣਾ ਸ਼ੁਰੂ ਕਰ ਦਿੱਤਾ। ਇੰਪਾਰਟੈਂਸ ਇੰਨੀ ਵੱਧ ਗਈ ਕਿ ਅੱਜ ਤਖਤਾਂ 'ਤੇ ਜਾਓ ਨਾ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ, ਪੰਜੇ ਤਖਤ ਨੇ ਨਾ, ਪੰਜਾਂ ਤਖਤਾਂ 'ਤੇ ਜਾ ਕੇ ਦੇਖ ਲਿਓ, ਕਿਸੇ ਲਈ ਸਮਾਂ ਮੇਰੇ ਜਾ ਕੇ ਦੇਖਿਓ। ਤਖਤ ਉਸੇ ਨੂੰ ਕਹਿੰਦੇ ਨੇ ਜਿਹਦੇ 'ਤੇ ਕੋਈ ਸ਼ਸ਼ੋਭਿਤ ਬੈਠਾ ਤਖਤ ਦਾ ਮਾਲਕ ਜਿਹੜਾ ਉਹਦਾ ਹੁਕਮ ਚੱਲਦਾ ਹੋਵੇ, ਉਸੇ ਨੂੰ ਤਖਤ ਕਹਿੰਦੇ। ਹੁਣ ਇਹਨਾਂ ਤਖਤਾਂ 'ਤੇ ਕੀ ਅਸੀਂ ਇੰਪਾਰਟੈਂਸ ਕੀ ਦੇ ਦਿੱਤੀ? ਜਿੰਨੇ ਤਖਤ ਨੇ ਜਾ ਕੇ ਦੇਖੋ, ਤਖਤਾਂ ਦੇ ਸਿੰਘਾਸਨ 'ਤੇ ਸ਼ਸਤਰ ਨੇ, ਉਹਨਾਂ ਨੂੰ ਅਸੀਂ ਪੀਰ ਬਣਾ ਕੇ ਉੱਥੇ ਸਿੰਘਾਸਨ 'ਤੇ ਸਜਾ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਈਡ 'ਤੇ ਹੈ, ਪੰਜਾਂ ਤਖਤਾਂ ਦੀ ਇਹ ਨਿਸ਼ਾਨੀ ਜਾ ਕੇ ਦੇਖ ਸਕਦੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਈਡ 'ਤੇ ਹੈ, ਸਿੰਘਾਸਨ 'ਤੇ, ਤਖਤ ਦੇ ਸਿੰਘਾਸਨ 'ਤੇ ਸ਼ਸਤਰ ਨੇ। ਅਤੇ ਫਿਰ ਇਹਦਾ ਮਤਲਬ ਇਹ ਹੋਇਆ ਕਿ ਅਸੀਂ ਸ਼ਸਤਰਾਂ ਦੇ ਹੁਕਮ ਨਾਲ ਹੀ ਸੰਸਾਰ ਚਲਾਉਣਾ ਚਾਹੁੰਦੇ ਹਾਂ ਅਤੇ ਸ਼ਸਤਰਾਂ ਦੇ ਹੁਕਮ ਵਿੱਚ ਹੀ ਆਪਾਂ ਤਲਵਾਰ ਨਾਲ ਜਿੱਧਰ ਮਰੂ ਸਕਦੇ। ਫਿਰ ਤਾਂ ਅਸੀਂ ਕਿਉਂ ਰੋਸ ਕਰਦੇ ਹਾਂ ਕਿ ਤਲਵਾਰ ਨਾਲ ਸਾਨੂੰ ਜਿੱਧਰ ਮੋੜਨਾ ਚਾਹੁੰਦੇ ਨੇ? ਅਸੀਂ ਤਾਂ ਤਲਵਾਰ ਦੀ ਪੂਜਾ ਕਰ, ਤਲਵਾਰ ਦੇ ਸ਼ਸਤਰ ਦੇ ਹੁਕਮ ਵਿੱਚ ਰਹਿਣਾ ਚਾਹੁੰਦੇ ਹਾਂ। ਪਰ ਚਲੋ, ਖੈਰ, ਅੱਜ ਤਾਂ ਮੇਰਾ ਵਿਸ਼ਾ ਨਹੀਂ, ਵਿਸ਼ਾ ਬੜਾ ਲੰਬਾ ਹੈ, ਦਿਲ ਕਰਦਾ ਹੈ ਕਿਸੇ ਵੇਲੇ ਲਗਾਤਾਰ ਇਸ ਨੂੰ ਛੱਡੀਏ। ਅਸੀਂ ਪੂਜਾ ਕਰ ਕਰਕੇ ਉਸ ਸ਼ਸਤਰ ਨੂੰ ਇੰਨਾ ਇੰਪਾਰਟੈਂਸ ਦੇ ਦਿੱਤੀ ਕਿ ਅੱਜ ਉਹ ਗੁਰਦੁਆਰਿਆਂ ਵਿੱਚ ਵੀ ਚੱਲਣ ਲੱਗ ਪਿਆ, ਗੁਰੂ ਦੇ ਸਾਹਮਣੇ ਵੀ ਚੱਲਣ ਲੱਗ ਪਿਆ। ਪਰ ਦੇਖਣਾ ਇਹ ਹੈ ਕਿ ਜਿਸ ਸੂਰਮੇ ਦੀ ਗੱਲ ਬਾਬਾ ਕਬੀਰ ਗੁਰੂ ਨਾਲ ਸੰਬੰਧਿਤ ਕਰਕੇ ਕਰ ਰਹੇ ਨੇ ਉਹ ਕੀ ਹੈ? ਕਿਤੇ ਉਸ ਜੰਗ ਵਿੱਚ ਅਸੀਂ ਹਾਰ ਤੇ ਨਹੀਂ ਗਏ? ਉਹਦੀ ਹਾਰ ਨੇ ਸਾਨੂੰ ਕਮਜ਼ੋਰ ਕੀਤਾ ਅਤੇ ਉਹਦੀ ਜਿੱਤ ਨੇ ਸਾਨੂੰ ਬਲਵਾਨ ਕਰਨਾ ਸੀ। ਉਹ ਜਿੱਤ ਕਿੰਨਾ ਤੇ ਉਹਦਾ ਦੁਸ਼ਮਣ ਕੌਣ ਹੈ? ਸਤਿਗੁਰੂ ਦਾ, ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ, ਕਹਿਣ ਲੱਗੇ ਪੰਚ ਦੂਤ ਮੂਡ ਪਰ ਠਾਡੇ, ਮੂਡ ਕਹਿੰਦੇ ਨੇ ਸਿਰ ਨੂੰ, ਪੰਜੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਸਿਰ ਤੇ ਬੈਠੇ ਨੇ ਤੇ ਤੈਨੂੰ ਕੇਸਾਂ ਤੋਂ ਫੜ ਕੇ ਆਪਣੇ ਹੁਕਮ ਵਿੱਚ ਚਲਾ ਰਹੇ ਨੇ। ਅੱਜ ਤੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੁਕਮ ਵਿੱਚ ਜੀਵਨ ਗੁਜ਼ਾਰ ਰਿਹਾ। ਪੰਚ ਦੂਤ ਮੂਡ ਪਰ ਠਾਡੇ ਕੇਸ ਗਹੇ ਫੇਰਾਵਤ ਹੈ, ਗੁਰੂ ਕਹਿੰਦੇ ਤਾਂ ਤੇਰੇ ਵੱਡੇ ਦੁਸ਼ਮਣ ਨੇ, ਇੱਧਰ ਤੂੰ ਧਿਆਨ ਹੀ ਨਹੀਂ ਦਿੰਦਾ। ਪਰ ਇੱਕ ਖਿਆਲ ਕਰੀ, ਇਹ ਤੇਰੇ ਤਬਰ ਤਲਵਾਰ ਜਿਹੜੀ ਤੂੰ ਅੱਜ ਤਖਤਾਂ 'ਤੇ ਜਾਂ ਕਿਸੇ ਥਾਂ 'ਤੇ ਆਪਣਾ ਗੁਰੂ ਪੀਰ ਬਣਾ ਕੇ ਬੈਠ ਗਿਆ, ਵਿਸ਼ਵਾਸ ਕਰੀ ਇਸ ਤਬਰ ਤਲਵਾਰ ਨੇ ਉਹਨਾਂ ਪੰਜਾਂ ਕਾਮ ਕੋਦ ਲੋ ਮੋਹ ਹੰਕਾਰ 'ਤੇ ਕੋਈ ਅਸਰ ਨਹੀਂ ਕਰਨਾ, ਉੱਥੇ ਹਾਰ ਜਾਏਗਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਔਰ ਮੈਂ ਹੈਰਾਨ ਨਾ, ਸਤਿਗੁਰੂ ਬਾਣੀ ਅੰਦਰ ਕੋਈ ਗੱਲ ਛੁਪਾ ਕੇ ਨਹੀਂ ਰੱਖਦੇ। ਕਹਿੰਦੇ ਨੇ ਪੰਜ ਸਤਾਵੇਂ ਦੂਤ ਕਵਣ ਬਿਦ ਮਾਰਨੇ, ਇਹ ਕਿ ਪੰਜ ਬੜੇ ਸਤਾਉਂਦੇ ਨੇ, ਦੁਖੀ ਕਰ ਰਹੇ ਨੇ, ਕੇਸਾਂ ਤੋਂ ਫੜ ਕੇ ਆਪਣੇ ਹੁਕਮ ਵਿੱਚ ਚਲਾ, ਕ੍ਰੋਧ ਜਿੱਦਣ ਮਰਜ਼ੀ ਚਲਾ ਦਿੰਦਾ, ਲੋਭ ਜਿੱਦਣ ਮਰਜ਼ੀ ਚਲਾ ਦਿੰਦਾ। ਪੰਜ ਸਤਾਵੇਂ ਦੂਤ ਕਵਣ ਬਿਦ ਮਾਰਨੇ, ਕਹਿਣ ਲੱਗੇ ਇੱਕੋ ਤਰੀਕਾ ਹੈ, ਤੀਖਣ ਬਾਣ ਚਲਾਏ, ਤਿੱਖੇ ਬਾਣ ਚਲਾ। ਉਹ ਤਿੱਖਾ ਬਾਣ ਕੀ ਹੈ? ਨਾਮ ਪ੍ਰਭ ਧਿਆਈਏ,
तीखन बाण चलाए नाम प्रभ त्याइए हर हां मां बिखादी पंच पूरे गुरु पाइए मां बिखादी दूध पूरे गुरु पाइए यो पूरे गुरु जड़ा सूरमा है उन्दी रहमत नाल तू पंजा काम कोदलो मोहंकार नू सोध सकेंगा कवन विद मारने दी शर्त पूरी कर सकेंगा हुण जरा नाल नाल देखियो भला ये शर्त असी पूरी कर रहे हैं कि पंचस्ता में भूत दूत कवन विद मारने औखे नहीं बल्कि मैं तो हैरान हूं गुरु अमरदास पातशाह जी दी दे संबंध में सल भट्ट ने एक बड़ी खूबसूरत गल आखी है भी गुरु सूरमा किवें है बाबा कबीर जी दे इस लफज नूं लैके अगे तुरना चाहना सल भट्ट कहिंदा है गुरु अमरदास साहब दे संबंध में हालांकि गुरु अमरदास साहब शरीर करके कोई जंग नहीं लड़े ना उन्हें तलवार तीर फड़िया है 84 साल की उसी तो उपर वो सेवा में आए ने पर सल पट कहर समाद सन्ना हो समाधि की एकाग्रता की संजो पैन रहे पैर समाध सनाओ ज्ञान लाए आसन चढ़े आसन ते सिंघासन ते बैठे ज्ञान गुरु नू लैके ज्ञान लाए आसन चढ़े कहते धर्म तनख कर गए उन्होंने धर्म दृढ़ता हाथ विच कमान फड़ के क्योंकि कमान दे विचों तीर निकलना जिंदे कोल धर्म नहीं उन्दे कोल शब्द का तीर भी नहीं चलता बल्कि कई बार कहना कि अजकल भी इस जमाने अंदर कोई शब्द दिक्रिया घट नहीं अगे नालों ज्यादा अखंड पाठ होंगे ने अगले नालों ज्यादा कीर्तन होंगे ने विचार होंगे ने वह कारगर क्यों नहीं हो रही क्योंकि धर्म तनख जड़ा हथ विच नहीं तनिष बाण किंदे हथ विच है गुरु दे नहीं तो प्रबंधकों के हाथ में है प्रचारकों के हाथ में है उन्होंने बाजू में वो सिदक का विश्वास का गुरु तो सिदक का भरोसे का बल नहीं कमजोर नहीं वो तो आप नहीं विश्वास करते कि गुरु समर्थ है गुरु समर्थ है वो साढ़े वो तो आप कहते हैं साढ़े लिए अमृत भी निरा गुरु नहीं बना सकता आत्मक कमजोरी है ते जड़ी आत्मक कमजोरी वाली अवस्था है उनके हाथ में जे शब्द का बाण आ भी जाए तो वह तनख विचों निकल के जाएगा कितों तक बलवान बलको नहीं उनके वास्ते भी बल चाहिए बड़ी सोहनी गल सल भट्ट ने आखी कहन लगे धर्म तनख कर गए हो शब्द सीले सर लड़े हो धर्म दे तनख नू हाथ में फड़े अगे कह कहन लगे पै निर्भव हर नाम मन हरी दे नाम नाल मन जेड़ा सी ओ निर्भव हो चुका सी सूरमे दी भी निशानी जे आप ही कंबदा रहेगा मैदान जंग विच की करेगा हर नाम मन कहन लगे निशानी है शब्द गुरु नेजा गड्डियो उस निरपैता नाल शब्द दा नेजा गड्डिया शब्द गुरु नेजा गड्डियो ते किंदे दुश्मन केड़े सन काम क्रोध लोभ मोह आपत पंच दूत बिखंडो लड़ाई इन्हां नाल है जंग ते इन्हां नाल करनी है सिख ने भी पहला जंग इसे नाल करनी अज साडी कमजोरी की है कि असी अंदर दी जंग जित नहीं रहे बाहर ले जंग दे इतिहास बना रहे अंदर ले जंग दे साडे कोल कोई सबूत नहीं हर थां ते असी अंदर काम क्रोध लोभ मोह अहंकार दे अधीन हो के चल रहे उत्थे असी जंग हार गए
पर बाबा कबीर जी ने बड़ी साल भट्ट ने केडी गुरु अमरदास साहब की गल की ते कहन लगे पंच दूत बिखंडो पलो पुहाल तेजो तना एडे स्पष्ट लफज ने पलो पुहाल तेजो तना निरप नानक बार नानक दे वर नाल बादशाही सिंघासन ते बैठा होया उहदी रहमत नाल ते अखीरली लाइन विच कहिंदे ने गुरु अमरदास सच सल पाणा जिहड़ा सल है पट उह सच कह रहा है मैं कोई खुशामद नहीं कर रहा गुरु अमरदास साहब दी उह कहिंदा मैं सच कहना गुरु अमरदास सच सल पाणा तै दल जितो इव युद्ध कर इस तरह का युद्ध मचा के गुरु सूरमे ने काम क्रोध लो मोह हंकार जित के अपने अंदर का राज कायम किया जिन्ने देर तुहाडा अपने अंदर का राज तुसी काम क्रोध लो मोह हंकार के अधीन बैठे हो अज साड़ी हालत मैं दोवां चीज़ां जो दोवां मुँह सामने देखना हुण गुरु अमरदास साहब के हाथ में तीर फड़ा रहे हैं हुण शरीर करके तो नहीं ना हो सकता बड़े पै गुरु अमरदास साहब ने कोई संसारिक तौर पर जे देखिए कोई जंग लड़िया नहीं पर सल पट के एडी खूबसूरत गल कहिंदा ज दल जित्या ही उहने काम क्रोध लोभ हंकार के सामने जित उसने प्राप्त की उनके कोल आह हथियार ने इहो जिहियां संजोआं पहनियां ने इहो जिहे नेजे ने गुरु अमरदास सच सल पण ते दल जितो इव युद्ध कर इस तरह है गुरु सूरमा नहीं तो कमजोर मन जिहड़ा है जो अगे जरा मजबूत दुश्मन होवे तो उनकी छाती नूं उनका बाण विणदा भी नहीं पर साड़ी की हालत है असी पत्थर बन चुके हैं जिवें पत्थर विच तीर मारो नहीं जुड़ा पार नहीं होंदा वह छेक किवें होवे पर जे ओहो ही बाण गुरु दे हाथ विच होवे अज मर्यादा जीवन शैली गुरु की बख्शी साढ़े को होवे साड़ी अपनी ना होवे तो विश्वास करो गुरु साहब ने बाणी अंदर एक एक लाइन में एक फैसला देता कह लगे मैं की देखना गुर कै बाण बज्जर कल छेदी गुरबाणी की लफज है जेड़ा बाण गुरु च लाउंदा है जेड़ा शब्द गुरु दे राही साडे अंदर जांदा है विश्वास करो वह तो बज्जर वर्गे पत्थर का हिरदा जेड़ा है वह भी पिंगल जांदा है उन्दे च भी छेद कर दिंदा है हुण गुरबाणी दे लफज ने कह लगे गुर के बाण बज्जर कल छेदी प्रगटिया पद प्रगासा सो इसलिए ख्याल करो साड़ी कमजोरी ते साड़ी अनगहली एक चीज़ दी है सदियां गुजर गई ने असी केवल बाहर दे जंग युद्धां नूं तां एकत्र कीता है अपना पर गुरु दी अगवाई विच गुरु सूरमे दी अगवाई विच अपने अंदर दे दुश्मनां नूं पछाणिया ही नहीं अज भी जिन्नी देर असी अंदर दे दुश्मनां नूं नहीं पछाणांगे बाहर दे दुश्मन दा उन्ना डर नहीं हुंदा वो दिसदा है बाहर मैं कई बार करना बाहर दा दुश्मन जिहड़ा है उन्दे कोल तुसी दीवारां मजबूत करके बचा कर सकदे हो पहरेदार मजबूत ते बलवान रख के बचा कर सकदे हो मैं एक बार कीती सी कि तीन तरह दे लोग ने डाकू चोर ते ठग कई फर्क है भी डाकू तो सीने ते तलवार तार बंदूक दी नाली रख के आखदा कि जो कहे रख रख दे चोर रात दे अंधेरे विच चोरी करदा पर एक ठग है जिहड़ा तुहाडे घर दे अंदर रहिंदा है उहदी निशानी है उह प्रवेश करदा है
ਉਹ ਭਰਾ ਬਣ ਕੇ ਅੰਦਰ ਪ੍ਰਵੇਸ਼ ਕਰਨਾ, ਅੰਦਰ ਬਹਿ ਕੇ ਤੁਸੀਂ ਆਪਣੀ ਹੱਥੀਂ ਉਹਦੇ 'ਤੇ ਇੰਨਾ ਵਿਸ਼ਵਾਸ ਕਰਦੇ ਹੋ ਕਿ ਆਪਣੀ ਹੱਥੀਂ ਚਾਬੀਆਂ ਉਹਨੂੰ ਸੌਂਪ ਦਿੰਦੇ ਹੋ, ਉਹਦੇ ਕੋਲੋਂ ਬਚਾ ਔਖਾ ਹੈ। ਕਹਿਣ ਲੱਗੇ ਬਾਹਰ ਦੇ ਦੁਸ਼ਮਣਾਂ ਦਾ ਇਤਿਹਾਸ ਸਿਰਜਣ ਵਾਲੇ ਆ, ਉਹਦੇ ਅੱਗੇ ਜਿੱਤ ਪ੍ਰਾਪਤ ਕਰਨ ਵਾਲੇ ਆ, ਤੂੰ ਇਤਿਹਾਸ ਬੜਾ ਸਿਰਜਿਆ ਹੈ, ਪਰ ਇੱਕ ਵੰਗਾਰ ਹੈ ਬਾਬਾ ਕਬੀਰ ਜੀ ਦੇ ਇਸ ਸ਼ਬਦ ਇਸ ਸਲੋਕ ਵਿੱਚੋਂ, ਉਹ ਹੈ ਕਿ ਭਲਾ ਤੂੰ ਦੱਸ, ਤੂੰ ਅੰਦਰਲੇ ਦੁਸ਼ਮਣਾਂ ਨਾਲ ਜਿੱਤ ਪ੍ਰਾਪਤ ਕਰ ਸਕਿਆ? ਜੇ ਕਰ ਸਕਿਆ ਤਾਂ ਦੱਸ, ਇੱਥੇ ਆ ਕੇ ਤੂੰ ਦੇਖੇਗਾ ਤੂੰ ਜੀਵਨ ਦੀ ਬਾਜ਼ੀ ਹਾਰ ਗਿਆ। ਜੇ ਤੂੰ ਅੰਦਰ ਦੇ ਦੁਸ਼ਮਣਾਂ ਤੇ ਜਿੱਤ ਨਹੀਂ ਪ੍ਰਾਪਤ ਕਰ ਸਕਿਆ, ਹਾਲਾਂਕਿ ਗੁਰੂ ਆਵਾਜ਼ ਦੇ ਰਿਹਾ ਹੈ ਪੰਚ ਸਤਾਵੇਂ ਦੂਤ ਕਵਣ ਬਿਦ ਮਾਰਨੇ, ਤੇ ਫਿਰ ਦੱਸ ਵੀ ਰਿਹਾ ਤੀਖਣ ਬਾਣ ਚਲਾਏ ਨਾਮ ਪ੍ਰਭ ਦੇ ਆਈਏ, ਹਰ ਹਾਂ ਮਾਂ ਬਿਖਾਦੀ ਘਾਤ, ਜਿਹੜੇ ਬੜੇ ਦੁਖੀ ਕਰਨ ਵਾਲੇ ਨੇ ਉਹਨਾਂ ਦਾ ਘਾਤ ਕਰ, ਕੰਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਖਤਮ ਕਰ ਆਪਣੇ ਅੰਦਰੋਂ, ਤੂੰ ਇਹੋ ਜਿਹਾ ਕੋਈ ਇਤਿਹਾਸ ਸਿਰਜ, ਫਿਰ ਵੇਖ ਬਾਹਰ ਦਾ ਇਤਿਹਾਸ ਤੇਰਾ ਕਿੱਡਾ ਬਲਵਾਨ ਹੋ ਜਾਏਗਾ। ਇਹੋ ਗੱਲ ਬਾਬਾ ਕਬੀਰ ਜੀ ਨੇ ਇਸ ਸ਼ਬਦ ਵਿੱਚ ਆਖੀ। ਕਹਿਣ ਲੱਗੇ ਮੈਂ ਸੂਰਮਾ ਗੁਰੂ ਨੂੰ ਇਸ ਲਈ ਆਖ ਰਿਹਾ ਕਿਉਂਕਿ ਉਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਦਾ ਹੈ, ਉਹਦੇ ਲਈ ਤੀਰ ਚਲਾਉਂਦਾ ਹੈ, ਔਰ ਉਹ ਤੀਰ ਚਲਾਉਣ ਵਾਲਾ ਗੁਰੂ ਅਮਰਦਾਸ ਸਾਹਿਬ ਵੀ ਹੋ ਸਕਦਾ ਹੈ। ਉਹਦੇ ਵਾਸਤੇ ਸਰੀਰ ਦੀ ਬਲਵਾਨਤਾ ਦੀ ਲੋੜ ਨਹੀਂ, ਆਤਮਕ ਬਲਵਾਨਤਾ ਦੀ ਲੋੜ ਹੈ। ਇਹੋ ਗੱਲ ਬਾਬਾ ਕਬੀਰ ਜੀ ਨੇ ਆਖੀ। ਕਹਿਣ ਲੱਗੇ ਸਤਿਗੁਰ ਸੂਰ ਮੈਂ ਵਿੱਚ ਆ ਪਹਿਲ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਖਤਰਨਾਕ ਹੈ ਦੂਤ ਦੁਸ਼ਮਨ ਉਹ ਹੈ ਹੰਕਾਰ। ਹੰਕਾਰ ਜਿਹੜਾ ਧਰਮ ਵਿੱਚ ਵੀ ਸ਼ਾਮਿਲ ਹੋ ਜਾਂਦਾ ਸਭ ਤੋਂ ਜ਼ਿਆਦਾ ਖਤਰਨਾਕ ਹੈ। ਕਾਮ ਕ੍ਰੋਧ ਲੋਭ ਮੋਹ ਇਹਨਾਂ ਨੂੰ ਰੋਕਣਾ ਆਸਾਨ ਹੈ, ਹੰਕਾਰ ਨੂੰ ਇਹ ਤਾਂ ਜਦੋਂ ਜਪਜੀ ਸਾਹਿਬ ਦਾ ਪਾਠ ਸਵੇਰੇ ਉੱਠ ਕੇ ਕਰੇਗਾ ਤਦ ਵੀ ਆ ਜਾਏਗਾ, ਮੈਂ ਨਿਤਨੇਮੀ ਹਾਂ। ਜੇ ਤਾਂ ਜਦੋਂ ਤੂੰ ਗੁਰਦੁਆਰੇ ਜਾਏਗਾ ਉਦੋਂ ਵੀ ਨਾਲ ਚਲਾ ਜਾਏਗਾ, ਮੈਂ ਗੁਰਦੁਆਰੇ ਆਇਆ। ਇਹ ਧਰਮ ਵਿੱਚ ਪ੍ਰਵੇਸ਼ ਕਰ ਜਾਂਦਾ, ਇਸ ਲਈ ਇਹਦੇ ਤੋਂ ਛੁਟਕਾਰਾ ਪਾਉਣਾ ਕੀ ਹੈ? ਨਿਮਰਤਾ। ਅਤੇ ਨਿਮਰਤਾ ਕੀ ਹੈ? ਧਰਤੀ 'ਤੇ ਗਿਰਨਾ। ਆਪਾਂ ਕਿਉਂ ਕਹਿੰਦੇ ਆ ਬਈ ਧਰਤੀ 'ਤੇ ਆ, ਕਿਉਂ ਅਸਮਾਨੀ ਚੜਿਆ ਹੋਇਆ ਹੈ, ਜ਼ਮੀਨ 'ਤੇ ਖਲੋ ਕੇ ਕੁਝ ਵੇਖ। ਹੰਕਾਰ ਦੀ ਸੰਸਾਰ ਦੀ ਜਿਹੜੀ ਕਿਰਿਆ ਹੈ ਉਹਨੂੰ ਖਤਮ ਕਰਨਾ ਹੀ ਬਾਬਾ ਕਬੀਰ ਜੀ ਨੇ ਇਹ ਗੱਲ ਆਖੀ ਹੈ। ਕਹਿਣ ਲੱਗੇ ਜਿਸ ਦਿਨ ਤੂੰ ਗੁਰੂ ਦੇ ਤੀਰ ਦੇ ਨਾਲ ਵਿੰਨਿਆ ਜਾਣਾ, ਉਸ ਦਿਨ ਵਿਸ਼ਵਾਸ ਕਰ ਤੂੰ ਨਿਮਰਤਾ ਵਿੱਚ, ਸਭ ਤੋਂ ਪਹਿਲੀ ਨਿਸ਼ਾਨੀ ਨਿਮਰਤਾ ਵਿੱਚ ਆ ਜਾਣਾ। ਲਾਗਤ ਹੀ ਜੋ
ਉਹਦਾ ਇਤਿਹਾਸ ਹੈ। ਉਹਦਾ ਸਿਧਾਂਤ ਇਹ ਹੈ ਕਿ ਪਹਿਲਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਅੰਦਰੋਂ ਮਾਰ, ਉਹਦੇ ਲਈ ਤੈਨੂੰ ਗੁਰੂ ਸ਼ਬਦ, ਗੁਰੂ ਸ਼ਬਦ ਦੇ ਤੀਰ ਬਾਣਾਂ ਦੀ ਲੋੜ ਹੈ, ਜਿਹੜਾ ਵੱਜਰ ਨੂੰ ਵੀ ਛੇਦ ਕਰ ਸਕਦੇ ਹੋਣ। ਉੱਥੇ ਆਪਣੀ ਮਰਜ਼ੀ ਨਾ ਚਲਾਈ, ਨਹੀਂ ਤਾਂ ਤੇਰੀ ਮਰਜ਼ੀ ਦੇ ਬਾਹਾਂ ਵਿੱਚ ਉਹ ਬਲ ਹੀ ਨਹੀਂ ਕਿ ਕਿਸੇ ਵੱਜਰ ਨੂੰ ਛੇਦ ਕਰ ਸਕੇ। ਗੁਰੂ ਸੂਰਮਾ ਜਦੋਂ ਬਖਸ਼ਿਸ਼ ਕਰਦਾ ਤਾਂ ਫਿਰ ਵੱਜਰ ਵਰਗੇ ਹਿਰਦਿਆਂ ਵਿੱਚ ਵੀ ਬਾਣੀ ਅੰਦਰ ਵੱਸ ਜਾਂਦੀ ਹੈ, ਅੰਦਰ ਧੱਸ ਜਾਂਦੀ ਹੈ। ਇਸੇ ਲਈ ਗੁਰੂ ਨੇ ਆਖਿਆ ਕਿ ਸਤਿਗੁਰੂ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਇਆ। ਸੋ ਗੁਰੂ ਬਖਸ਼ਿਸ਼ ਕਰੇ ਸਾਨੂੰ ਪਹਿਲਾਂ ਜੀਵਨ ਦੇ ਅੰਦਰ ਦੀ ਬਾਜ਼ੀ, ਅੰਦਰ ਦਾ ਜੰਗ ਜਿੱਤਣ ਦੀ ਲੋੜ ਹੈ। ਅਸੀਂ ਬਾਹਰ ਦੇ ਜੰਗ ਬੜੇ ਜਿੱਤੇ, ਉਹਨਾਂ ਦਾ ਇਤਿਹਾਸ ਵੀ ਬੜੇ ਲਿਖੇ, ਪਰ ਜੀਵਨ ਦੇ ਜੰਗ ਵਿੱਚ ਹਮੇਸ਼ਾ ਹਾਰਦੇ ਰਹੇ, ਇੱਧਰ ਅਸੀਂ ਧਿਆਨ ਹੀ ਨਹੀਂ ਦੇ ਰਹੇ। ਸੋ ਗੁਰੂ ਬਖਸ਼ਿਸ਼ ਕਰੇ। ਸਤਿਗੁਰੂ ਸੂਰਮੇ ਦੇ ਸੰਬੰਧ ਵਿੱਚ ਗੁਰੂ ਨੇ ਇਸੇ ਲਈ ਆਖਿਆ, ਬਿਖਮੋ ਬਿਖਮ ਅਖਾੜਾ ਮੈਂ ਗੁਰਮਿਲ ਜੀਤਾ ਰਾਮ। ਉਹਨੇ ਤੋਂ ਕਹਾ ਸੀ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ, ਦੱਸੋ ਇਹ ਕਿਉਂ ਨਹੀਂ ਚਲਾਇਆ, ਗੋਲਾ ਗਿਆਨ ਚਲਾਇਆ। ਬ੍ਰਹਮ ਅਗਨ ਸਹਿਜ ਪਰ ਜਾਲੀ ਏਕੇ ਚੋਟ ਸਜਾਇਆ, ਸਤ ਸੰਤੋਖ ਲੈ ਲੜਨੇ ਲੱਗ ਗਿਆ। ਇਹ ਤਾਂ ਸਾਥੀ ਆਪਦੇ ਨਾਲ ਬਣਾਇਆ ਹੀ ਨਹੀਂ, ਪਲਟਣ ਖੜੀ ਨਹੀਂ ਕੀਤੀ। ਸਤ ਸੰਤੋਖ ਲੈ ਲੜਨੇ ਲਾਗਾ ਤੋਰੇ ਦੋ ਦਰਵਾਜ਼ਾ, ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਇਹ ਬਹੁਤ ਜ਼ਰੂਰੀ ਹੈ। ਇਸੇ ਲਈ ਸਾਨੂੰ ਅੰਦਰ ਦਾ ਰਾਜ ਕਾਇਮ ਕਰਨਾ, ਅੰਦਰ ਦਾ ਜੀਵਨ ਸੁਧਾਰਨਾ, ਅੰਦਰਲੇ ਦੁਸ਼ਮਣਾਂ ਦੀ ਜੰਗ ਨੂੰ ਜਿੱਤਣਾ, ਗੁਰੂ ਬਾਰ ਬਾਰ ਪ੍ਰੇਰਨਾ ਦੇ ਰਿਹਾ। ਕਹਿਣ ਲੱਗੇ ਅਸਲ ਸੂਰਮੇ ਉਹ ਨੇ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ, ਉਹ ਸੂਰਮਾ ਹੈ ਆਤਮ ਜਿਨਾ ਹੈ, ਅੰਦਰ ਜਿੱਤ, ਅੰਦਰ ਜਿੱਤ ਭਰੇ ਹੈ, ਅੰਦਰ ਅੰਤਰ ਆਤਮ ਜਿੱਤ ਪ੍ਰਾਪਤ ਕਰੇ। ਸੋ ਗੁਰੂ ਬਖਸ਼ਿਸ਼ ਕਰੇ ਜੇ ਸਾਡੇ ਸਿਰ 'ਤੇ ਹੱਥ ਰੱਖੇ, ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤੰਕ ਕਾਰਜ ਪੂਰਾ ਸੀ। ਇਸ ਮੈਦਾਨ ਵਿੱਚ ਵੀ ਜਿੱਤ ਪ੍ਰਾਪਤ ਕਰ ਸਕੀਏ, ਇਹਨਾਂ ਸ਼ਬਦਾਂ ਨਾਲ ਖਿਵਾਉਂਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।